ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਅਤੇ ਬੜਾ ਮਸ਼ਕੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਅਤੇ ਬੜੀ ਚਾਹਤ ਦੇ ਨਾਲ ਵੇਖਦੇ ਨੇ, ਅਤੇ ਦੋਸਤਾਂ ਨਾਲ ਜਨਾਬ ਲਾਈਕ ਸ਼ੇਅਰ ਵੀ ਕਰਦੇ ਨੇ ਮੇਰੀ ਵੀਡੀਓ, ਅਤੇ ਮੇਰੇ ਚੈਨਲ ਨੂੰ ਜਨਾਬ ਸਬਸਕ੍ਰਾਈਬ ਵੀ ਕਰ ਲਓ। ਜਿਹੜੇ ਮੇਰੇ ਭਰਾ ਨੇ ਅਜੇ ਸਬਸਕ੍ਰਾਈਬ ਨਹੀਂ ਕੀਤਾ, ਉਹ ਮੇਰੇ ਚੈਨਲ ਨੂੰ ਜਨਾਬ ਸਬਸਕ੍ਰਾਈਬ ਕਰ ਲਓ, ਅਤੇ ਵੀਡੀਓ ਜਨਾਬ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਵੇਖਣੀ ਹੈ ਤਾਂ ਕਿ ਤੁਹਾਨੂੰ ਪੂਰੀ ਗੱਲ ਦੀ ਸਮਝ ਆ ਸਕੇ। ਅਤੇ ਜਨਾਬ ਕਾਰੀ ਸਾਹਿਬ ਹੋਰਾਂ ਦੀਆਂ ਦੋ ਅੱਜ ਵਹਿੜਾ ਨੇ, ਉਹਨਾਂ ਦੀ ਵੀਡੀਓ ਅਪਲੋਡ ਕਰਨ ਲੱਗੇ ਜਨਾਬ। ਕੈਮਰਾਮੈਨ ਸਾਹਿਬ ਪਹਿਲੇ ਵਹਿੜ ਨੰਬਰ 1 ਵਿਖਾਵੇਗਾ, ਫਿਰ ਵਹਿੜ ਨੰਬਰ 2 ਵਿਖਾਵੇਗਾ, ਅਤੇ ਬਾਕੀ ਗੱਲਾਂ ਬਾਤਾਂ ਸਾਰੀਆਂ ਕਾਰੀ ਸਾਹਿਬ ਹੋਰਾਂ ਕੋਲ ਪੁੱਛਾਂਗੇ। ਇਹ ਕਿੰਨਵੇਂ ਸੂਏ ਨੇ, ਇਹਨਾਂ ਦੇ ਪਿੱਛੇ ਵੱਛੀਆਂ ਨੇ ਕਿ ਵੱਛੇ ਨੇ, ਜਾਂ ਕਿੰਨਾ ਦੁੱਧ ਹੈ, ਨਸਲ ਜ਼ਾਤ, ਸਾਰਾ ਕੁਝ ਉਹਨਾਂ ਕੋਲ ਪੁੱਛਾਂਗੇ। ਤੁਸੀਂ ਵੀ ਦੋਸਤੋ ਸਾਹਮਣੇ ਦੇਖ ਰਹੇ ਹੋ ਨਸਲ ਜ਼ਾਤ। ਨੰਬਰ ਮੇਰਾ 0304-79-7776, ਇਹੋ ਮੇਰਾ ਵਟਸਐਪ ਦਾ ਨੰਬਰ ਹੈ, ਇਹੋ ਈਮੋ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਇਹ ਦੋਸਤੋ ਇਹਦੇ ਬੱਚਾ, ਪਿੱਛੇ ਦੇ ਬੱਚਾ, ਵਾਰਡ ਨੰਬਰ 1 ਦੇ ਪਿੱਛੇ ਬੱਚਾ ਦੋਸਤੋ। ਸਿੰਘਾਂ ਨੂੰ ਮੋਨੀ ਦੋਸਤੋ, ਪਹਿਲਾ ਸਵਾਸ ਹੋਈ ਥਾਣੋ ਖਾਏ ਥਲੋ ਖਾਏ ਚੌਗੀ ਹੈ ਮੂੰਹ ਦੋਸਤੋ, ਮੂੰਹ ਚੌਗੀ ਹੈ ਬਸ। ਵੈਡ ਨੰਬਰ 2 ਖਾ ਬਸ, ਠੀਕ ਹੈ ਬਸ, ਸਹੀ ਗਲਤੀ ਪਈ ਹੈ ਜੀ। ਵੈਡ ਨੰਬਰ 2, ਇਹ ਵੀ ਪਹਿਲਾਂ ਸੁਬਾਹ ਸੂਈ ਹੈ, ਇਹਦੇ ਜਨਾਬ ਮੋਠਭਰ ਸਿੰਘ ਹੈਗੇ ਨੇ ਵੈਡ ਨੰਬਰ 2 ਦੇ, ਸੁਬਾਹ ਦੋਵੇਂ ਪਹਿਲਾਂ ਪਹਿਲਾਂ ਸੂਈਆਂ ਨੇ। ਇਹਦਾ ਬੱਚਾ ਵੀ ਤੁਹਾਨੂੰ ਵਿਖਾਉਂਦੇ ਹਾਂ ਜੀ, ਨਾਮ ਸਾਨੂੰ ਮਾੜੇ ਟੋਲ ਨੇ। ਇਹ ਦੋਸਤੋ ਬਾਖੜੀ ਗਾਂ ਹੈ, ਇਹਦੇ ਪਿੱਛੇ ਬੱਚਾ ਜੀ। ਕਿੰਨੀਆਂ ਤਾਰਾਂ ਜੀ? 5 ਕਿਲੋ ਨੇ, ਕਿੰਨੀਆਂ? 5 ਕਿਲੋ ਪੱਕੀਆਂ ਤਾਰਾਂ ਨੇ ਜੀ। ਇਹ ਬਾਖੜੀ ਥੱਲੇ, ਇਹਦਾ ਬੱਚਾ ਵੀ ਤੁਹਾਨੂੰ ਵਿਖਾ ਦਿੰਦੇ, ਇਹ ਵੀ ਪਹਿਲਾਂ ਸਵਾਸ ਹੋਈ, ਮੂੰਹ ਚੋ ਪੂਰੀ ਦੋਸਤੋ, ਠੀਕ ਹੈ ਜੀ। ਬੰਦ ਗੁਲਾਮ ਸਿੰਘ, ਇਹ ਬੱਚਾ ਵਿਖਾ ਇਹ ਜਨਾਬ ਵਾਰਡ ਨੰਬਰ 2 ਦਾ ਬੱਚਾ, ਵਾਰਡ ਨੰਬਰ 2 ਦਾ ਬੱਚਾ ਹੈ ਬਾਖੜੀ ਦਾ, ਇਹ ਦੂਸਰੇ ਨੰਬਰ ਵਾਲੀ ਦਾ। ਕਰ ਸਾਹਿਬ ਆ ਜਾਓ ਮੇਰੇ ਕੋਲ, ਉਹ ਵਿਖਾਇਆ। ਇਹ ਵਾਰਡ ਨੰਬਰ 1 ਦਾ ਬੱਚਾ ਜੀ, ਜਿਹੜੀ ਤਾਜ਼ੀ ਸੂਈ ਹੈ ਸਾਹਿਬਾਲ ਵਲੈਤੀ ਦੇ ਵਿੱਚ। ਇਹ ਬੱਚਾ ਉਹਦੇ ਪਿੱਛੇ, ਦੋਨਾਂ ਦੇ ਪਿੱਛੇ ਬੱਚੇ। ਕਰ ਸਾਹਿਬ ਆ ਜਾਓ ਹੁਣ, ਪਰ ਆਓ ਵੀ ਛੋਟਿਆ ਉੱਧਰ ਚੱਲ, ਅੱਛਾ ਸਾਫ਼ ਆਉਂਦੀ ਵੀਡੀਓ ਇੱਥੇ। ਕਰ ਸਾਹਿਬ ਆਓ ਜੀ, ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਕਾਰੀ ਸਾਹਿਬ ਕੀ ਹਾਲ ਨੇ? ਠੀਕ ਠਾਕ ਜੀ। ਥੋੜ੍ਹਾ ਜਿਹਾ ਉੱਚੀ ਬੋਲਣਾ ਤਾਂ ਕਿ ਆਪਣੀ ਆਵਾਜ਼ ਰਿਕਾਰਡ ਹੋ ਜਾਵੇ।
ਅੱਛਾ ਕਾਲੀ ਸਾਹਿਬ, ਜਿਹੜੀ ਵਾਰਡ ਨੰਬਰ 1 ਵਿਖਾਈ ਹੈ ਜੀ, ਇਹ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ 20 ਦਿਨ ਹੋ ਗਿਆ। 20 ਦਿਨ ਹੋ ਗਿਆ ਸੂਈ, ਠੀਕ ਹੋ ਗਿਆ ਜੀ। ਕਾਲੀ ਸਾਹਿਬ, ਸੁਬਾਹ ਕਿਨਵਾ ਸੂਈ? ਪਹਿਲਾ ਸੁਬਾਹ ਸੂਈ। ਮੂੰਹ ਚੁੱਕ ਕਿਵੇਂ ਜੀ? ਚੌਗੀ ਹੈ। ਚੌਗੀ ਹੈ। ਅੱਛਾ ਕਾਲੀ ਸਾਹਿਬ, ਦੁੱਧ ਓਨਾ ਹੀ ਦੱਸਣਾ ਕਿ ਜਿੰਨਾ ਆਪਾਂ ਚੁਆ ਦਈਏ? ਤੁਸੀਂ ਕੁਛ ਸ਼ੇਅਰ ਘੱਟ ਦੱਸ ਲਿਆ ਜੇ, ਵੱਧ ਨਾ ਦੱਸਿਆ ਤੁਹਾਡੀ ਮਿਹਰਬਾਨੀ। ਕਿੰਨਾ ਦੁੱਧ ਦੇ ਦੋਵਾਂ ਟਾਈਮਾਂ ਦਾ? 12 ਲੀਟਰ। 12 ਲੀਟਰ। ਅੱਛਾ, ਇਹ ਬੱਚੇ ਤੋਂ ਬਗੈਰ ਹੈ ਜਾਂ ਬੱਚੇ ਨੂੰ ਪਿਆ ਕੇ ਜਾਂ ਸਾਰਾ ਕੀ ਹਿਸਾਬ ਕਿਤਾਬ? ਬੱਚੇ ਨੂੰ ਵੀ ਕੁਝ ਪਿਲਾਣਾ ਹੈ। ਕੁਝ ਬੱਚੇ ਨੂੰ ਵਿੱਚੋਂ ਪਿਲਾਣਾ ਹੈ? 12 ਲੀਟਰ ਦੇ? 12 ਲੀਟਰ। ਠੀਕ ਹੋ ਗਿਆ, ਠੀਕ ਹੋ ਗਿਆ ਜਨਾਬ। ਪਿੱਛੇ ਦੇ ਬੱਚਾ ਪਿਆਰ ਤੇ ਮੁਹੱਬਤ ਵਾਲੀ ਮੁੱਲ ਕਰਨਾ ਹੈ, ਆਪਣੀ ਵਹਿੜ ਨੂੰ ਵੇਖ ਲਿਆ ਤੇ ਮੁੱਲ ਉਸ ਹਿਸਾਬ ਨਾਲ ਕਰਨਾ, ਮਾਲ ਦੇ ਮੁੱਲ ਨਾਲ। ਪਿਆਰ ਮੁਹੱਬਤ ਤੁਹਾਡਾ ਹੀ ਵਿੱਚ ਆਉਣਾ। ਪਿਆਰ ਮੁਹੱਬਤ ਦਾ ਮੁੱਲ ਕੀ? ਇਹਦਾ ਜੀ 1,40,000। 1,40,000। ਅੱਛਾ, ਇਹਦੇ 'ਚ ਕੋਈ ਕਮੀ ਪੇਸ਼ੀ? ਮੁਹੱਬਤ ਕਰ ਲਓ, ਮੁਹੱਬਤ ਕੋਈ ਕਰ ਲਓਗੇ, ਚਲੋ ਕਰ ਲੈਣਾ। ਅਤੇ ਵਹਿੜ ਨੰਬਰ ਜਿਹੜੀ 2 ਹੈ ਉਹ ਤਾਂ ਬਾਖੜੀ ਜੀ। ਕਿੰਨੇ ਮਹੀਨਿਆਂ ਦੀ ਸੋਈ? ਉਹ ਹੈ ਕੋਈ 5 ਮਹੀਨਿਆਂ ਦੀ ਸੋਈ। 5 ਮਹੀਨਿਆਂ ਦੀ ਸੋਈ। ਸੁਬਾਹ ਕਿਨਵਾ? ਪਹਿਲਾ। ਉਹ ਵੀ ਪਹਿਲਾ ਸੁਬਾਹ ਸੋਈ? ਮੂੰਹ 'ਚੋਂ ਕਿਵੇਂ? ਮੂੰਹ 'ਚੋਂ ਪੂਰੀ ਹੈ। ਅੱਛਾ, ਪੂਰੀ ਹੈ ਮੂੰਹ 'ਚ, ਉਹਦੇ ਪਿੱਛੇ ਕੀ? ਵੱਛਾ ਜੀ, ਉਹਦੇ ਪਿੱਛੇ ਵੱਛਾ। ਕਰ ਸਾਹਿਬ, ਦੁੱਧ ਉਹਦਾ ਓਨਾ ਹੀ ਦੱਸਣਾ ਜਿੰਨਾ ਆਪਾਂ ਆਪਦਾ ਟਾਈਮ ਚੁਆ ਕੇ ਦੇਣਾ, ਵੱਧ ਨਹੀਂ ਦੱਸਣਾ। 5 ਕਿਲੋ ਦੁੱਧ ਦੋਵਾਂ ਟਾਈਮਾਂ ਦਾ? ਦੋਵਾਂ ਟਾਈਮ। ਬੱਚੇ ਤਾਂ ਮਿਲਦੀ? ਹਾਂ ਜੀ, ਬੱਚੇ। ਠੀਕ ਹੋ ਗਿਆ, ਉਹਦਾ ਵੀ ਪਿਆਰ ਮੁਹੱਬਤ ਵਾਲਾ ਮੁੱਲ ਕਰਨਾ, ਜ਼ਿਆਦਾ ਨਹੀਂ ਕਰਨਾ। ਉਹਦਾ 80,000। ਇਕੱਲਾ 80,000? ਇਕੱਲਾ 80। 80 ਦੇ ਵਿੱਚ ਉਹ ਪਿਆਰ ਮੁਹੱਬਤ ਵੀ ਕਰਨਾ ਪਏਗਾ? ਬਸ ਪੂਰਾ ਹੀ ਦੱਸ ਦਿੱਤਾ। ਪੂਰਾ ਦੱਸ ਦਿੱਤਾ ਨਹੀਂ, ਇਹਦਾ ਜੋ ਪਿਆਰ ਮੁਹੱਬਤ ਹੁਣ ਮੇਰੇ ਬੇਲੀ ਕਰਵਾਉਣਗੇ ਨਾ, ਤੂੰ ਨਿਬੜੀ ਰੱਖਣਾ, ਆਪੇ ਮੇਰੇ ਬੇਲੀਆਂ ਦੇ ਫੋਨ ਤੈਨੂੰ ਹੀ ਆਉਣੇ ਨੇ। ਜੀ ਜੀ, ਠੀਕ ਹੋ ਗਿਆ। ਕਰ ਸਾਹਿਬ, ਨੰਬਰ ਬੋਲੋ ਆਪਦਾ ਹੁਣ। 0-346-43-18-845। ਦੁਬਾਰੇ ਬੋਲੋ। 0-346-43-18-845। ਇਹ ਮਾਸ਼ਾਅੱਲਾ ਜੀ ਇਮਾਮ ਮਸਜਿਦ ਨੇ ਪਿੰਡ ਦੇ, ਝੂਠ ਬਿਲਕੁਲ ਨਹੀਂ ਬੋਲਦੇ ਜਨਾਬ। ਜਿਨ੍ਹਾਂ ਨੇ ਰਾਬਤਾ ਕਰਨਾ ਇਹਨਾਂ ਨਾਲ ਕਰ ਸਕਦੇ ਹੋ, ਇਹਨਾਂ ਦੇ ਕੋਲੇ ਵੀ ਆ ਸਕਦੇ ਹੋ, ਆ ਕੇ ਗਾਵਾਂ 2-3 ਟਾਈਮ 4 ਟਾਈਮ ਵਿੱਚ ਹੋ ਸਕਦੇ ਹੋ, ਕੋਈ ਪ੍ਰੋਬਲਮ। ਕਰ ਸਾਹਿਬ, ਚੁਆ ਸਕਦੇ ਹੋ ਤੁਸੀਂ 2-3-4 ਟਾਈਮ? ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਕੋਈ ਇਤਰਾਜ਼ ਨਹੀਂ, ਜਿੰਨੀ ਵਾਰੀ ਚੁਆ, ਯਾਨੀ ਜਿਹਨੇ ਪੈਸੇ ਭਰਨੇ ਉਹਦਾ ਹੱਕ ਬਣਦਾ? ਹੱਕ ਬਣਦਾ, ਆਪਣੀ ਤਸੱਲੀ ਕਰਨ ਦਾ, ਬਿਲਕੁਲ ਤਸੱਲੀ। ਠੀਕ ਹੋ ਗਿਆ ਜੀ, ਅਤੇ ਮਿਲਦੇ ਹਾਂ ਜਨਾਬ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ।